ਤੁਸੀਂ ਦੇਖ ਸਕਦੇ ਹੋ ਕਿੰਨਾ ਮੀਂਹ ਪੈ ਰਿਹਾ। ਆਹ ਦੇਖੋ ਸਾਡੇ ਉੱਧਰ ਯਾਰ ਸਤਲੁਜ ਬਿਆਸ ਨਦੀ ਆ ਚੁੱਕੀ ਹੈ, ਗੱਠੀਆਂ ਰਲ ਚੁੱਕੀਆਂ ਨੇ। ਆਹ ਦੇਖੋ ਉਹ ਬਿਲਕੁਲ ਡਿੱਗ ਰਿਹਾ ਹੈਗਾ ਅੰਦਰ। ਮੇਰਾ ਜੀ ਕਰ ਰਿਹਾ ਇਹਨੂੰ ਖੜ ਜਾਓ, ਉੱਥੇ ਬਿਠਾ ਦੇਣਾ। ਖੜੋ ਤੁਸੀਂ, ਦੇਖ ਕਿੱਥੇ ਜਾ ਰਹੇ ਹੈ ਤੂੰ, ਕਿੱਥੇ ਜਾ ਰਹੇ ਗੁੱਗੂ? ਦਫ਼ਤਰ ਪਾਪੇ ਦੇ ਦਫ਼ਤਰ। ਕਿੱਥੇ ਜਾ ਰਹੇ ਹੈ? ਮੈਂ ਪਾਪਾ ਕੋਲ ਜਾ ਰਿਹਾ। ਫਿਲਮਾਂ ਲਈ ਟਿਕਟ ਤਾਂ ਸੁਣੀ ਹੋਊਗੀ, ਪਰ ਯਾਰ ਤੁਸੀਂ ਸਮੋਸੇ ਲਈ ਵੀ ਟਿਕਟ ਸੁਣੀ ਹੈ? ਆਹ ਦੇਖੋ ਐ ਮਿਲਦੀ ਹੈ ਟਿਕਟ। ਆਹ ਦੇਖੋ ਕਿੰਨੀ ਭੀੜ ਹੈ। Hey guys, good morning, welcome back to my new vlog. Hope ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਹੁਣ ਵੱਜ ਰਹੇ ਨੇ ਜੀ ਸਵੇਰ ਦੇ 8, ਤੇ ਹੁਣੀ ਜਸਟ ਮੈਂ ਉੱਠਿਆ ਤੇ ਰਾਤ ਯਾਰ ਕੋਲਰ ਵਾਲੀ ਸ਼ਰਟ ਹੀ ਪਾ ਕੇ ਸੋ ਗਿਆ ਸੀ, ਕਿਉਂਕਿ ਰਾਤ ਐਡੀਟਿੰਗ ਕਰਦੇ 1:30 ਵੱਜ ਗਿਆ ਸੀ ਯਾਰ। ਸੋ ਏਦਾਂ ਹੀ ਸੋਣਾ ਪੈ ਗਿਆ। ਤੇ ਯਾਰ ਜਿਹੜਾ ਆਪਣਾ ਪਲਾਨ ਸੀ ਟਰੈਵਲ ਵਲੌਗ ਵਾਲਾ ਯਾਰ ਸਾਰਾ ਖਰਾਬ ਹੋ ਚੁੱਕਿਆ ਹੈ ਯਾਰ। ਸੌਰਵ ਜੋਸ਼ੀ ਸਰ ਦੀ ਭਾਸ਼ਾ 'ਚ ਬੋਲੀਏ, ਹਮਾਰਾ ਪਲਾਨ ਪੋਪਟ ਹੋ ਚੁੱਕਾ ਹੈ। ਔਰ ਯਾਰ ਤੁਹਾਨੂੰ ਮੈਂ ਸਾਰਿਆਂ ਨੂੰ ਦਿਖਾਉਣਾ ਵੀ ਸਾਡੇ ਇੱਧਰ ਮੀਂਹ ਕਿੰਨਾ ਪੈ ਰਿਹਾ ਯਾਰ। ਗਾਈਸ ਤੁਸੀਂ ਦੇਖ ਸਕਦੇ ਹੋ ਕਿੰਨਾ ਮੀਂਹ ਪੈ ਰਿਹਾ। ਆਹ ਦੇਖੋ ਸਾਡੇ ਉੱਧਰ ਯਾਰ ਸਤਲੁਜ ਬਿਆਸ ਨਦੀ ਆ ਚੁੱਕੀ ਹੈ, ਗੱਠੀਆਂ ਰਲ ਚੁੱਕੀਆਂ ਨੇ। ਉਹ ਅੱਗੇ ਤੱਕ ਯਾਰ ਪਾਣੀ ਪੂਰਾ ਸੜਕਾਂ 'ਚ ਭਰ ਚੁੱਕਿਆ ਯਾਰ। ਤੇ ਉਹ ਦੇਖੋ ਉੱਧਰ ਸਾਰੇ ਕਿਤੇ ਯਾਰ ਗਲੀਆਂ ਗੁਲੀਆਂ 'ਚ ਪਾਣੀ ਆ ਜਾਂਦਾ ਜਦੋਂ ਮੀਂਹ ਪੈਂਦਾ, ਪੂਰੀ ਸੜਕਾਂ ਭਰ ਜਾਂਦੀਆਂ ਨੇ। ਇੱਧਰ ਸਾਡਾ ਸ਼ੁਭੂ ਵੀ ਉੱਠ ਚੁੱਕਿਆ ਮੈਨੂੰ ਲੱਗਦਾ, ਇਹ ਸ਼ੁਭੂ। ਸੋ ਗਾਈਜ਼ ਹੁਣ ਮੈਂ ਆਇਆ ਜੀ ਵੀਰੇ ਨੂੰ ਛੱਡਣ ਤੇ, ਕਿਉਂਕਿ ਮੈਂ ਤਾਂ ਦਫ਼ਤਰ ਤੋਂ ਛੁੱਟੀ ਲਈ ਸੀਗੀ ਤੇ ਵੀਰੇ ਨੇ ਜਾਣਾ ਸੀ ਯਾਰ। ਅੱਜ ਕੁਝ ਜ਼ਿਆਦਾ ਮੀਂਹ ਪਿਆ ਲੱਗਦਾ ਹੈਗਾ। ਹੋਰ ਯਾਰ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਹੈ, ਤੁਸੀਂ ਦੇਖ ਸਕਦੇ ਹੋ ਪਿੱਛੇ। ਤੇ ਗਾਈਜ਼ ਹੁਣ ਆਪਾਂ ਘਰੇ ਜਾ ਕੇ ਯਾਰ ਨਦੀ 'ਚ ਜਿਹੜੀ ਆਪਣੇ ਘਰ ਮੂਰੇ ਬਹਿ ਰਹੀ ਹੈ ਸਤਲੁਜ ਦੇ ਬਿਆਸ, ਇਕੱਠੀ ਹੋ ਗਈ ਹੈ ਨਦੀ, ਤੇ ਆਪਾਂ ਉਹਦੇ 'ਚ ਜਾ ਕੇ ਕਿਸ਼ਤੀਆਂ ਚਲਾਵਾਂਗੇ। ਹਾਂ ਸੋ ਗਾਈਜ਼ ਹੁਣ ਆਪਾਂ ਵੀਰੇ ਨੂੰ ਛੱਡ ਦਿੱਤਾ ਹੈ ਤੇ ਆਪਾਂ ਚੱਲਦੇ ਹਾਂ ਜੀ ਘਰ, ਚੱਲ ਆਉਂਦੇ ਹਾਂ ਕਿਸ਼ਤੀਆਂ। ਗਾਈਜ਼ ਮੈਂ ਕਿਸ਼ਤੀ ਚਲਾ ਲਈ ਹੈ ਤੇ ਜੋ ਕਿ ਉਹ ਫਿਰਦੀ ਹੈ ਸੜਕ 'ਚ ਯਾਰ। ਅੱਜ ਯਾਰ ਮੀਂਹ ਬੜਾ ਪੈ ਰਿਹਾ ਹੈਗਾ, ਕਦੇ ਤਾਂ ਪੈਂਦਾ ਹੀ ਨਹੀਂ, ਅੱਜ ਮੀਂਹ ਬਹੁਤ ਪੈ ਰਿਹਾ। ਮੈਂ ਐਵੇਂ ਕਰਕੇ ਤਾਂ ਦਿਖਾ ਰਿਹਾ ਯਾਰ ਤਾਂ ਜੋ ਤੁਹਾਨੂੰ ਮੇਰੀ ਕਿਸ਼ਤੀ ਦਿਖ ਜਾਵੇ। ਤੇ ਹੁਣ ਆਪਾਂ ਕਰਾਂਗੇ ਜੀ ਲੰਚ। ਸੋ ਗਾਈਜ਼ ਅੱਜ ਮੇਰਾ ਘਰ ਹੈ ਜੀ ਭਟੂਰੇ ਖਾਣ ਦਾ ਮਨ, ਤੇ ਆਪਾਂ ਦੇਖਦੇ ਹਾਂ ਜੇ ਮੰਮੀ ਮੰਨ ਜਾਂਦੇ ਨੇ ਤਾਂ ਆਪਾਂ ਲੈਣ ਚੱਲਦੇ ਹਾਂ ਜੀ ਉੱਧਰ। ਕੀ ਕਰ ਰਹੇ ਹੋ ਮਾਹੇ? ਗਾਈਜ਼ ਹੁਣ ਮੰਮੀ ਕਹਿੰਦੇ ਯਾਰ ਮੈਂ ਪਰੌਂਠੇ ਬਣਾ ਰਹੀ ਹਾਂ। ਚਲੋ ਇਹ ਵੀ ਵਧੀਆ ਗੱਲ ਹੀ ਹੈ, ਪਰੌਂਠੇ ਵੀ ਮੈਨੂੰ ਬਹੁਤ ਪਸੰਦ ਨੇ, ਤੇ ਆਪਾਂ ਭਟੂਰਿਆਂ ਦਾ ਕੈਂਸਲ ਕਰ ਦਿੰਦੇ ਤੇ ਖਾਵਾਂਗੇ ਸਿਰਫ ਮੰਮਾ ਭਟੂਰੇ। ਚਲੋ ਜੀ ਮੰਮਾ ਹੁਣ ਬਣਾਉਣਗੇ ਭਟੂਰੇ, ਭਟੂਰੇ ਨਹੀਂ ਪਰੌਂਠੇ। ਕੀ ਖਾ ਲੈਣਾ ਫੋਟੋ? ਸੋ ਗਾਈਜ਼ ਹੁਣ ਟਾਈਮ ਹੋ ਗਿਆ 11:49 ਤੇ ਆਪਣੇ ਵਲੌਗ ਆਉਣ ਨੂੰ ਸਿਰਫ 11 ਮਿੰਟ ਰਹਿ ਗਏ ਨੇ, ਤੇ ਤੁਸੀਂ ਕਰਿਓ ਵਲੌਗ ਇੰਜੋਏ। ਮੈਂ ਖਾਣਾ ਰੋਟੀ ਤੇ 12 ਵੱਜ ਗਏ ਨੇ, ਮੈਂ ਹਾਲੇ ਤੱਕ ਨਹਾਇਆ ਨਹੀਂ ਕਿਉਂਕਿ ਯਾਰ ਪਾਣੀ ਆਪਣੇ ਵੱਲ ਜਾਇਆ ਨਹੀਂ ਸਵੇਰੇ, ਤੇ 12:00 ਪਾਣੀ ਆਊਗਾ ਤੇ ਆਪਾਂ ਨਹਾ ਕੇ ਕਰਦੇ ਤੁਹਾਡੇ ਨਾਲ ਗੱਲਬਾਤ। ਸੋ ਗਾਈਜ਼ ਹੁਣ ਆਪਾਂ ਜਾ ਰਹੇ ਹਾਂ ਜੀ ਬਾਜ਼ਾਰ, ਤੇ ਹੁਣ ਮੈਂ ਨਹਾ ਕੇ ਆ ਚੁੱਕਿਆ ਤੇ 12:30 ਦਾ ਟਾਈਮ ਹੋ ਚੁੱਕਿਆ, ਤੇ ਤੁਸੀਂ ਕਰ ਰਹੇ ਹੋਵਾਂਗੇ ਵੀਡੀਓ ਇੰਜੋਏ। ਤੇ ਆਪਾਂ ਚੱਲਦੇ ਹਾਂ ਜੀ ਹੁਣ ਬਾਜ਼ਾਰ, ਕਿਉਂਕਿ ਮੰਮੀ ਨੇ ਕਿਹਾ ਥੋੜ੍ਹਾ ਜਿਹਾ ਕੰਮ ਹੈ, ਤੇ ਆਪਾਂ ਚੱਲਦੇ ਹਾਂ ਜੀ। ਆਏ ਆ ਜੀ ਮੰਡੀ ਤੇ, ਮੰਮੀ ਲੈ ਰਹੇ ਨੇ ਟਮਾਟਰ ਯਾਰ ਕੋ ਸਬਜ਼ੀ ਬਣਾਉਣ ਵਾਸਤੇ ਘਰੇ, ਤੇ ਦਿਖਾਉਂਦੇ ਆ ਤੁਹਾਨੂੰ। ਠੰਡ ਦਾ ਮੌਸਮ ਹੋਇਆ ਹੋਇਆ ਜੀ, ਤੇ ਅਸੀਂ ਸੋਚਿਆ ਵੀ ਚਲੋ ਸਮੋਸੇ ਖਾ ਲੈਂਦੇ ਆ, ਹੁਣ ਅਸੀਂ ਜਾ ਰਹੇ ਹਾਂ ਸਮੋਸੇ ਲੈਣ। ਬਸ ਦੇਖੋ ਜੀ ਠੰਡ ਕਰਕੇ ਨਾ ਕਿੰਨੀ ਭੀੜ ਲੱਗੀ ਹੋਈ ਹੈ। ਫਿਲਮਾਂ ਲਈ ਟਿਕਟ ਤਾਂ ਸੁਣੀ ਹੋਊਗੀ, ਪਰ ਯਾਰ ਤੁਸੀਂ ਸਮੋਸਿਆਂ ਲਈ ਵੀ ਟਿਕਟ ਸੁਣੀ ਹੈ? ਆਹ ਦੇਖੋ ਐ ਮਿਲਦੀ ਹੈ ਟਿਕਟ।
ਆ ਦੇਖੋ ਕਿੰਨੀ ਭੀੜ ਹੈ ਗਾਇਸ ਜਦ ਨੂੰ ਸਮੋਸੇ ਬਣ ਰਹੇ ਨੇ ਤੇ ਅਸੀਂ ਸੋਚਿਆ ਵੀ ਯਾਰ ਤੁਹਾਨੂੰ ਮੱਥਾ ਹੀ ਟਿਕਾ ਦੇ ਗਣੇਸ਼ ਜੀ ਦਾ ਦੇਖੋ ਯਾਰ ਕੱਲ੍ਹ ਇੱਥੇ ਵੀ ਯਾਰ ਸਥਾਪਨਾ ਹੋਈ ਹੈ ਸੋ ਗਾਇਸ ਹੁਣ ਘਰੇ ਆ ਗਏ ਹਾਂ ਤੇ ਖਾਂਦੇ ਹਾਂ ਸਮੋਸੇ ਇੱਧਰ ਸ਼ੁਭੂ ਸਾਡਾ ਤੁਰ ਰਿਹਾ ਹੈ सारे आदर देखो आ रहे ले गए बाकी इन्हों झूठे की हो जाती है यार किथे जा रहे तू किथे जा रहे गुगू दफ्तर पापे दे चबूतर किथे जा रहे है मैं पापा को जा रहे है पापा नु लान हां जब पापा अभी तुर के तू आ शुभु पापा किथे ने शुभु पापा उधर बैठ ला जा पीछे बहन इथी बहन ला ये ला तू खोल ले मन्ना मैं इथी बहन मां शुभ दे पापा आ चुके हैं हुण आपां चलदे हां जी घरे यार बाजार पागल ना गलत कर ली गड्डी और मम्मा इधर मोड़ ले भीड़ तो देखो मोड़नी किधर मोड़नी हुण इधर पास आ गली च मुड़ जानी सी बड़ी भीड़ हुण देखो मां आ देखो गाइस यार हुण पहुंचे आगे घरे ते यार भीड़ बहुत ज्यादा हो गई सी यार लोग ना बिच बिचाली बाइक खड़ा के चले जाणगे स्कूटरियां खड़ा के चले जाणगे पता नहीं यार की मिलदा बिच खड़ा के ते हुण आपां पहुंचे घरे लिटरली 15-20 मिनट लग गए सी यार उत्थे सानू वो बिल्कुल डिग रहा है अंदर मेरा जी कर रहा है इनू खड़ जाओ उत्थे बिठा देना खड़ो तुसी देख नहीं यार कि टिके पै सकते इन अंदर ही छड़ देना मम्मी को ले फिर तुसी पकड़ो यार A few moments later. Guys, रात हो गई है ते नानी लेके बैठने शुभू नूं उधर तां दिखाना मैं यार कैमरा थोड़ा जिहा इदां दा ही है बाकी तुसीं आप देख लियो गाइज हुण बाहर बैठे सीगे ते बीरा कहिंदा वी हुण यार चांप लैके आने आ तां आपां यार चलदे आ चांप लैण खाणे नहीं चलो जी कैंसल हो गया चांप दा प्लानिंग किदां बदल गया वैसे चलो खा लांगा पेट भरिया पैगा अच्छा आंदे जा रही है जेड़ा कुलचे ते समोसे लिया सी ओ खा रहे हैं मैं लगदा तां प्लान बदल गया बाकी सवेरे कह रहे सीगे चलो वधिया गल ही है वैसे मेरा भी मूड है नहीं सीगा यार मुंह मेरा तां काला लग रहा हूं क्योंकि कुदरत दी देन है यार बाकी मैं नेरे च बैठा फ्लैश लाइट ऑन कीती आ देखो हुण बाइक आ रहा तां करके थोड़ा जिहा गाइस थोनू सारे ने पूछना चाहना जी मैं एक गल यार पता की है मैनू ना मैसेज आया इंस्टाग्राम से मैं इंस्टाग्राम का लिंक पा रखा सी अपनी बायो च ते यार जदों मैं उहदे विच पाया तो उहनू मैनू उहदा मैनू मैसेज आया कहिंदा तुसीं व्लॉगिंग करदे हो मैं कहा हाँ यार व्लॉगिंग करदे हां ते उह कहिंदा भी मैं उहनू पुछ ही लिया क्योंकि यार नवा नवा चैनल है मेरा ते मैं पुछिया मैं कहा यार भी ना भी तुसीं सबसक्राइब कर लिया मेरा चैनल ते उह कहिंदा यार सबसक्राइब किदां करां मैं तां सिर्फ थोड़ा लिंक देखिया सीगा मैं कहा लिंक खोल के कर दो फिर ऐसे भी बंदे होंदे ने ओह मैनू यार बंदे ने नाले फ्रेंडली बंदा सी यार कॉलेज च पढ़िया सीगा ਤਾਂ ਉਹ ਮੈਨੂੰ ਕਹਿੰਦਾ ਵੀ ਯਾਰ ਮੇਰਾ ਆਈਫੋਨ ਹੈ ਮੇਰੇ ਆਈਫੋਨ 'ਚ ਯਾਰ ਯੂਟਿਊਬ ਨਹੀਂ ਹੈਗੀ ਬਟ ਤੁਸੀਂ ਯਾਰ ਇਹ ਗੱਲ ਤਾਂ ਸਮਝ ਜਾਓ ਵੀ ਯੂਟਿਊਬ ਕਿਹੜੇ ਫੋਨ 'ਚ ਨਹੀਂ ਹੁੰਦੀ ਕਹਿੰਦਾ ਆਈਫੋਨ 'ਚ ਯੂਟਿਊਬ ਡਾਊਨਲੋਡ ਕਰਨੀ ਪੈਂਦੀ ਹੈ ਬਟ ਯਾਰ ਮੇਰੇ ਹਿਸਾਬ ਨਾਲ ਤਾਂ ਨਹੀਂ ਹੁੰਦੀ ਇਹ ਗੱਲ ਪਰ ਮੈਨੂੰ ਵੀ ਕੁਛ ਖਾਸ ਪਤਾ ਨਹੀਂ ਜੇ ਤੁਹਾਨੂੰ ਯਾਰ ਪਤਾ ਆਈਫੋਨ 'ਚ ਯੂਟਿਊਬ ਪਹਿਲਾਂ ਤਾਂ ਹੁੰਦੀ ਹੈ ਜੇ ਡਾਊਨਲੋਡ ਕਰਨ ਵਾਲੀ ਹੁੰਦੀ ਹੈ ਮੈਨੂੰ ਦੱਸੋ ਯਾਰ ਕਮੈਂਟ ਦੇ ਵਿੱਚ ਬਾਕੀ ਅੱਜ ਕੱਲ੍ਹ ਯਾਰ ਦੁਨੀਆ ਦਾ ਬਹੁਤ ਪਤਾ ਚੱਲ ਰਿਹਾ ਮੈਨੂੰ ਯਾਰ ਕਾਫੀ ਸੋ ਗਾਈਜ਼ ਹੁਣ ਆ ਗਿਆ ਜੀ ਸ਼ੁਭੂ ਨਾਲ ਅੰਦਰ ਮੈਂ ਤੇ ਯਾਰ ਹੁਣ ਖਾਵਾਂਗੇ ਰੋਟੀ ਬਟ ਮੇਰਾ ਰੋਟੀ ਦਾ ਬਿਲਕੁਲ ਵੀ ਮੂਡ ਨਹੀਂ ਯਾਰ ਕਿਉਂਕਿ ਯਾਰ ਬਾਹਰਲੀਆਂ ਚੀਜ਼ਾਂ ਹੁੰਦੀਆਂ ਤਾਂ ਵੈਸੇ ਅਗਰ ਗਲਤ ਹੀ ਨੇ ਯਾਰ ਇੱਕ ਵਾਰ ਖਾਇਆ ਨਾ ਇੱਕ ਕੁਲਚਾ ਤੇ ਇੱਕ ਸਮੋਸੇ ਯਾਰ ਪੇਟ ਜਿਹਾ ਭਰ ਗਿਆ ਯਾਰ ਉਹਦੇ ਨਾਲ ਤੇ ਰੋਟੀ ਦਾ ਪਲਾਨ ਨਹੀਂ ਹੈਗਾ ਜੇ ਤੁਹਾਨੂੰ ਵਲੌਗ ਪਸੰਦ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਕਿੱਦਾਂ ਤੁਹਾਨੂੰ ਵਲੌਗ ਲੱਗਿਆ ਸੋ ਆਪਾਂ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ
ਤੇ ਜਿਹੜੀ ਮੈਂ ਗੱਲ ਕਹੀ ਹੈ ਯਾਰ ਆਈਫੋਨ ਵਿੱਚ ਯੂਟਿਊਬ ਹੁੰਦੀ ਹੈ ਜਾਂ ਨਹੀਂ ਹੁੰਦੀ ਤਾਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਯਾਰ ਤੁਸੀਂ ਸਾਰੇ ਜਣੇ। ਸੋ ਮਿਲਦੇ ਹਾਂ ਆਪਾਂ ਨੈਕਸਟ ਬਲੌਗ ਦੇ ਵਿੱਚ। ਸ਼ੁਭੂ ਨੈਕਸਟ ਬਲੌਗ ਦੇ ਵਿੱਚ ਕਹਿ ਇਹ ਆ ਜਾ ਓਏ ਆ ਗਿਆ।